बटाला विच पुराने मकान की कंध ढहण नाल मलबे हेठ आए मजदूर की हुई मौत। तुहानू दस दईए कि बटाला विच अज सवेरे शहरी इलाके विच एक पुराने घर च उसारी अते मरम्मत के काम दौरान उसारी के काम कर रहे मिस्त्री अते मजदूर नाल होया हादसा, जिथे इस हादसे विच काम कर रहा मिस्त्री तां बच गया लेकिन पुराणी कंध ढहण नाल एक मजदूर की मलबे हेठ आ के मौत हो गई। मृतक बटाला के नज़दीक पिंड पंज ग्राइया का रहन वाला चरणजीत सिंह से। उधर इस मामले च पुलिस थाना सिटी बटाला की इंचार्ज खुशवीर कौर वालों सूचना मिलन ते मौके ते पहुँच तफ्तीश की जा रही है। उन्होंने कहा कि मृतक के परिवार ते जिस घर विच कम चल रहा सी उन्होंने भी गलबात तो सामने आया है कि इस हादसे च जिथे मजदूर चरणजीत सिंह की मौत हुई है उत्थे ही मकान मालिक दे एक परिवार के मैंबर भी जख्मी होया है जिसका इलाज हस्पताल विच चल रहा है अते उन्हां वल्लों दोवां धिरां दे बयान दे आधार ते जांच कर कानूनी कार्रवाई की जाएगी। मौके पर जाके देखा तो वो जो बंदा सी वो पंज पुराणिया दा चरणजीत सिंह लागे सन ऑफ तेजा सिंह सी उम्र करीब 37 साल दी सी। वो इत्थे लेबर दे काम विच आया सीगा ते चित्तौड़गढ़ दे विच बटाला दे विच ते रजिंदर कुमार सन ऑफ कमल किशोर लाल दे घर विच काम कर रहा सीगा ते जिहड़ी उत्थे लैंडर पाया होया सीगा ते नाल बिल्कुल 18 इंची दी जिहड़ी कंध हैगी सी उह कच्च मिट्टी दी चुनाई कीती होई सीगी जिहड़ी कि बारिश जिहड़ी 10:30 बजे बारिश आई है ते उह लैंडर दे उत्ते पाणी खड़न वास्ते क्यारियां जिहा बना रहा सीगा ते बारिश तेज़ आउण दे कारण हवा तेज़ आउण दे कारण उह जिहड़ी कच्ची कंध सी 18 इंची जिहड़ियां पुराणियां कंधां सीगियां उह इकदम डिगी ते डिगण दे नाल उहदे सिर दे विच सट लगी तां उहनूं उत्थों कढ के ते हॉस्पिटल लिजाया गया ते हॉस्पिटल लिजांदे लिजांदे उहदी मौत। ਉਹਦੇ ਬਾਰੇ ਕੀ ਦੱਸਿਆ ਮੈਂ ਜੀ ਉਹਨਾਂ ਦੀ ਜਿਹੜੀ ਸਿਸਟਰ ਹੈਗੀ ਸੀਗੀ ਉਹਨੂੰ ਵੀ ਉਸੇ ਕੰਧ ਦੇ ਥੱਲੇ ਹੀ ਸੱਟ ਲੱਗੀ ਸੀਗੀ ਅਤੇ ਉਹ ਵੀ ਬਿਲਕੁਲ ਪੈਰਾਂ ਤੋਂ ਫਿਲਹਾਲ ਪੈਰਾਂ ਤੋਂ ਉਹਦੇ ਕੋਲ ਚੱਲਿਆ ਨਹੀਂ ਜਾ ਰਿਹਾ ਸੀ ਬੈਕ ਵਿੱਚ ਵੀ ਸੱਟ ਸੀਗੀ ਅਤੇ ਹੁਣ ਉਹਨੂੰ ਵੀ ਹੋਸਪਿਟਲ ਆਈ ਥਿੰਕ ਪ੍ਰਭਸਿਮਰਨ ਆਈ ਥਿੰਕ ਹੋਸਪਿਟਲ ਜਿਹੜਾ ਕਿ ਉਹਨਾਂ ਨੂੰ ਐਡਮਿਟ ਕਰਵਾਇਆ ਹੋਇਆ ਹੈ ਅਤੇ ਅਸੀਂ ਹੋਸਪਿਟਲ ਉੱਥੇ ਵੀ ਗਏ ਸੀਗੇ ਅਤੇ ਉਹਨਾਂ ਦੇ ਜਿਹੜੇ ਬ੍ਰਦਰ ਸੀਗਾ ਅਤੇ ਉਹਨਾਂ ਦੇ ਹਸਬੈਂਡ ਸੀਗੀ ਅਤੇ ਉਹ ਆਪਣੀ ਸਿਸਟਰ ਦੇ ਨਾਲ ਸੀਗੀ ਅਤੇ ਉਹ ਉਹਨਾਂ ਨੂੰ ਡਰ ਇਹੀ ਸੀ ਕਿ ਸ਼ਾਇਦ ਸਿਸਟਰ ਦਾ ਵੀ ਪ੍ਰੋਬਲਮ ਹੋ ਗਈ ਹੈ ਜਿਹਦੇ ਕਰਕੇ ਉਹ ਛੇਤੀ ਛੇਤੀ ਉੱਥੇ ਛੱਡ ਕੇ ਅਤੇ ਹੋਸਪਿਟਲ ਗਏ ਤਾਂ ਦੂਸਰੀ ਸਾਈਡ ਦੇ ਘਰ ਵਾਲਿਆਂ ਨੂੰ ਇਨਫੋਰਮ ਕੀਤਾ ਜੀ। ਫਿਲਹਾਲ ਅਸੀਂ ਠੇਕੇਦਾਰ ਨੂੰ ਬੁਲਾਇਆ ਹੈਗਾ ਹੈ ਸੈਕਿੰਡ ਦਾ ਉਹਨਾਂ ਦੇ ਘਰ ਵਿੱਚ ਵੀ ਅਸੀਂ ਗਏ ਸੀਗੇ ਅਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਜਿਹਨਾਂ ਦੀ ਡੈਥ ਹੋਈ ਹੈ ਚਰਨਜੀਤ ਸਿੰਘ ਲਾਡੀ ਦੀ ਉਹਨਾਂ ਦੇ ਪੇਰੈਂਟਸ ਨੂੰ ਸਰਪੰਚ ਨੂੰ ਬੁਲਾਇਆ ਹੈਗਾ ਵਾ ਅਤੇ ਉਹਨਾਂ ਦੇ ਬਿਆਨਾਂ ਤੋਂ ਬਾਕੀ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਦੇਖਾਂਗੇ ਅਗਲੀ ਕਾਰਵਾਈ। ਧੰਨਵਾਦ ਜੀ ਸਤਿ ਸ਼੍ਰੀ ਅਕਾਲ। ਓਕੇ ਮੇਰਾ ਨਾਂ ਚਰਮਲ ਸਿੰਘ ਪਿੰਡ ਪੰਜ ਗਰਾਈਆਂ ਮੈਂ ਪਿੰਡ ਦਾ ਸਾਬਕਾ ਸਰਪੰਚ ਹਾਂ ਅਤੇ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਚਰਨਜੀਤ ਸਿੰਘ ਇਹ ਮੇਰਾ ਗੁਆਂਢੀ ਹੈ ਇਹ ਪਿੰਡ ਦੇ ਹੀ ਕਿਸੇ ਆਪਣਾ ਜਿਹੜਾ ਮਿਸਤਰੀ ਹੈ ਰਾਜ ਮਿਸਤਰੀ ਹੈ ਉਹਦੇ ਨਾਲ ਕੰਮ ਕਰਨ ਵਾਸਤੇ ਬਟਾਲੇ ਆਉਂਦਾ ਸੀ ਅੱਜ ਸਾਨੂੰ ਫੋਨ 'ਤੇ ਪਤਾ ਲੱਗਾ ਕਿ ਇਹਨਾਂ ਦੀ ਡੈਥ ਹੋਈ ਹੈ ਕੰਧ ਇਹਨਾਂ ਦੇ ਉੱਤੇ ਡਿੱਗੀ ਹੈ ਅਸੀਂ ਜਦੋਂ ਹੋਸਪਿਟਲ ਆਏ ਹਾਂ ਦੇਖਿਆ ਕਿ ਲਾਸ਼ ਉੱਥੇ ਪਈ ਹੈ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਐਕਸੀਡੈਂਟ ਹੋਇਆ ਉਹ ਲਾਸ਼ ਨੂੰ ਛੱਡ ਕੇ ਇੱਥੋਂ ਭੱਜ ਗਏ ਨੇ ਅਤੇ ਹੁਣ ਅਗਲੀ ਕਾਰਵਾਈ ਜਿਹੜੀ ਆ ਹੁਣ ਪਿੰਡ ਦੇ ਹੋਰ ਮੁਤਬਰ ਸੱਜਣ ਸਾਡੇ ਸਰਪੰਚ ਸਾਹਿਬ ਵੀ ਆਏ ਨੇ ਅਤੇ ਸਾਰੇ ਬੈਠ ਕੇ ਅਸੀਂ ਕਰਦੇ ਹਾਂ ਕਿ ਉਹਨਾਂ ਦੇ ਪਿਤਾ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਅਤੇ ਬੱਚੀ ਵੀ ਇਹਦੀ ਇੱਕ ਬਹੁਤ ਛੋਟੀ ਹੈ ਅਤੇ ਜਿਹੜੀ ਲੜਿੰਦੀ ਕਾਰਵਾਈ ਆ ਸਾਰੇ ਪਿੰਡ ਵਾਲੇ ਰਲ ਕੇ ਅਸੀਂ ਕਰਾਂਗੇ ਇਹਦਾ ਜਿਹੜਾ ਬਣਦਾ ਇਨਸਾਫ ਆ ਉਹਦੇ ਕੋਲ ਘਰ ਵਾਲੇ ਨੂੰ ਵੀ ਕਹਾਂਗੇ ਕਮ ਸੇ ਕਮ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਇੱਕ ਲਾਸ਼ ਨੂੰ ਛੱਡ ਕੇ ਇੱਥੇ ਲਵਾਰਸ਼ ਛੱਡ ਕੇ ਘਰ ਭੱਜ ਗਿਆ ਇੱਥੇ ਹੋਸਪਿਟਲ ਛੱਡ ਕੇ ਚਲਾ ਗਿਆ ਉਹਦੇ ਇੰਨਾ ਹੱਕ ਤਾਂ ਬਣਦਾ ਸੀ ਵੀ ਮੈਂ ਲਾਸ਼ ਦੇ ਲਾਗੇ ਰਹਾਂ ਕੋਈ ਉਹਦਾ ਵਾਰਸ ਆ ਜਾਂਦਾ ਤਾਂ ਫਿਰ ਮੈਂ ਉਹਦਾ ਕੋਈ ਕੰਮ ਕਰਾਂ ਹੁਣ ਅਸੀਂ ਸਾਰੇ ਪਿੰਡ ਦੇ ਮੈਂਬਰ ਪਿੰਡ ਦੀ ਪੰਚਾਇਤ ਸਾਰੀ ਜਿਹੜੀ ਹੈ ਸਮੁੱਚੀ ਪੰਚਾਇਤ ਇੱਥੇ ਪਹੁੰਚ ਚੁੱਕੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਹੋਸਪਿਟਲ ਦੇ ਨਿਯਮਾਂ ਅਨੁਸਾਰ ਪੁਲਿਸ ਦੇ ਨਿਯਮਾਂ ਅਨੁਸਾਰ ਅਤੇ ਸਿਟੀ ਪੁਲਿਸ ਨੂੰ ਇਹਨਾਂ ਨੇ ਕਰ ਦਿੱਤਾ ਇਨਫੋਰਮ ਕਰ ਦਿੱਤਾ ਅਤੇ ਕਾਨੂੰਨੀ ਕਾਰਵਾਈ ਜਿਹੜੀ ਅੱਗੇ ਅਸੀਂ ਕਰਾਂਗੇ। ਮੇਰਾ ਨਾਂ ਪਰਮਜੀਤ ਹੈ ਪੰਜ ਗਰਾਈ ਇਹਦਾ ਨਾਂ ਚਰਨਜੀਤ ਹੈ ਮੇਰਾ ਭਰਾ ਹੈ ਇਹਦੀ ਗੁੱਡੀ ਹੈ 7-8 ਸਾਲ ਦੀ ਅਤੇ ਕਿਸੇ ਦੇ ਨਾਲ ਕੰਮ ਜੇ ਕਰਨ ਜਾਂਦੇ ਪਿੰਡ ਦਾ ਮੁੰਡਾ ਸੀ ਅਤੇ ਕੰਧ ਡੇਗ ਵੀ ਉਹਦੇ ਥੱਲੇ ਆ ਗਏ ਕੰਮ ਰਾਜ ਮਿਸਤਰੀ ਮਗਰ ਹਾਂਜੀ ਕੰਮ ਕਰਨ ਇਸ ਗੱਲ ਦਾ ਮੈਨੂੰ ਨਹੀਂ ਪਤਾ ਇਹ ਹੈ ਬਟਾਲੇ ਜੀ ਕਿੰਨੀ ਉਮਰ ਬੱਚਾ ਇੱਕੋ ਹੀ ਗੁੱਡੀ ਹੈ ਉਮਰ 40 ਸਾਲ ਹੋਣੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਉਹਨਾਂ ਹੀ ਦੱਸਿਆ ਜਿਨ੍ਹਾਂ ਦੇ ਨਾਲ ਜਾਂਦਾ ਭਾਈ ਕੰਧ ਡਿੱਗ ਪਈ ਆ ਉਹਦੀ ਮੌਤ ਹੋ ਗਈ ਉਹਦੀ ਮਾਤਾ ਆਈ ਸੀ।